तो दोस्तों ਬੁੱਟਾ ਸਾਹਿਬ ਪੂਰੇ ਪੰਜਾਬ ਵਿੱਚ ਨਾਮ ਹੈ ਤੁਹਾਡਾ, ਗਾਇਕੀ ਪੱਖੋਂ ਤਾਂ ਹੈ ਹੀ, ਡਾਂਸ ਪੱਖੋਂ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਬੁੱਟਾ ਸਾਹਿਬ ਟੀਵੀ 'ਚ ਲੱਗ ਲਚਕਾਉਂਦੇ ਆ। ਪਰ ਅੱਜ ਮੈਂ ਵਿਸ਼ ਕਰਦਾ, ਆਸ ਕਰਦਾ ਛੋਟੀ ਜੀ ਕਿ ਮੇਰੇ ਗੀਤ ਨਾਲ ਥੋੜਾ ਜਿਹਾ ਪਲੀਜ਼। ਤਾਂ ਦੋਸਤੋ ਸਿਆਣਾ ਦੀ ਕਹਾਵਤ ਹੈ, ਬੇੜੀ ਦਾ ਪੂਰ ਤ੍ਰਿੰਜਣ ਦੀਆਂ ਕੁੜੀਆਂ। ਮੇਰੀ ਖੁਫੀਆ ਰਿਪੋਰਟ ਦੇ ਵਿੱਚੋਂ ਆਪ ਸਾਰਿਆਂ ਨੇ ਪਸੰਦ ਕੀਤਾ ਕਿ ਕੰਗਣਾ ਨੀ ਕੁੜੀਓ ਕੰਗਣਾ, ਆਪ ਦੀ ਨਜ਼ਰ ਕਰਨ ਲੱਗਿਆ। ਸਿਆਣੇ ਦੀ ਕਹਾਵਤ ਹੈ, ਬੇੜੀ ਦਾ ਪੂਰ ਤ੍ਰਿੰਜਣ ਦੀਆਂ ਕੁੜੀਆਂ, ਮੁੜ ਮੁੜ ਬਹਿਣ ਨਾ ਰਲ ਕੇ, ਅੱਜ ਵੇਲਾ ਜੋ ਲੰਘ ਗਿਆ ਸਖੀ ਉਹ ਫੇਰ ਨਾ ਆਉਣਾ ਪਲ ਕੇ। ਇੱਕ ਤੀਆਂ ਦੇ ਮੇਲੇ ਵਿੱਚ ਅੱਲੜ ਮੁਟਿਆਰ ਨਾਲ ਦੀਆਂ ਸਖੀਆਂ ਨੂੰ ਕੀ ਕਹਿ ਰਹੀ ਜਰਾ ਦੱਸੀ ਢੋਲ ਵਾਲਿਆ। ਸਾਡੇ ਡੀਐਸਪੀ ਸਾਹਿਬ 100 ਰੁਪਇਆ ਦੇ ਰਹੇ ਨੇ, ਇਹ 100 ਰੁਪਇਆ ਮੇਰੀ ਗਾਇਕੀ ਦਾ ਜਾਂ ਬਾਬਿਆਂ ਦੇ ਲੱਕ ਲਚਕਾਉਣ ਦੇ ਆ, ਕਿਸੇ ਦਾ ਮੰਨ ਲੈਂਦੇ, ਚਲੋ 50,000 ਰੁਪਈਏ। ਚੋਰੀਆਂ
ਤੇ ਪਾਰੇ ਵਾਂਗੂ ਜਿੰਦ ਡੋਲਦੀ ਬੋਰੀਆਂ ਨੀ ਕੁੜੀਓ ਬੋਰੀਆਂ ਰਘਵੀਰ ਸਿੰਘ ਨੱਡਾ ਜੀ ਕਹਿ ਦਿਲੋ ਸ਼ੁਕਰਗੁਜ਼ਾਰ 100 ਰੁਪਏ ਦੇ ਖੁੱਲ ਕੇ ਜਰਾ ਇਹ ਚੌਂਕੀ ਜਿਹੜੀ ਹੁੰਦੀ ਖੁੱਲ ਕੇ ਆਵੇ ਤੁਸੀਂ ਸਾਰਿਆਂ ਨੇ ਟੈਲੀਵਿਜ਼ਨ ਤੇ ਕਈ ਵਾਰੀ ਗੀਤ ਦੇ ਨਾਲ ਨਾਲ ਜੋ ਡਾਂਸ ਕਲਾਕਾਰ ਬਹੁਤ ਵਾਰੀ ਪਸੰਦ ਕੀਤੀ ਹੋਵੇਗੀ ਮੈਂ ਵੀ ਉਸਦਾ ਫੈਨ ਹਾਂ ਪਰ ਅੱਜ ਮੈਂ ਸਟੇਜ ਤੇ ਅਨਾਊਂਸ ਕਰ ਰਿਹਾ ਪਲੀਜ਼ ਮੇਰੇ ਨਾਲ ਮੇਰੇ ਇਸ ਗੀਤ ਦੇ ਨਾਲ ਪਲੀਜ਼ ਸਟੇਜ ਤੇ ਡਾਂਸ ਕਰਨ ਆ ਜਾਓ ਪਲੀਜ਼ ਮੋਸਟ ਵੈਲਕਮ ਪਲੀਜ਼ ਇਹਨਾਂ ਦਿਨਾਂ ਤੇ ਜ਼ੋਰਦਾਰ ਤਾੜੀਆਂ ਦਵਿੰਦਰ ਗਰੇਵਾਲ ਜੀ ਪਲੀਜ਼ ਸਟੇਜ ਤੇ ਲੱਗੇ ਪੱਕੀਆਂ ਨੀ ਕੁੜੀਓ
ਸੱਜਣਾ ਦੇ ਵਸਣੀ ਲਈ ਸੱਜਣਾ ਦੇ ਵਸਣੀ ਲਈ